ਹਾਂਜੀ ਤੇ ਵੈਲਕਮ ਬੈਕ ਇੱਕ ਵਾਰੀ ਫੇਰ ਟੀਚ ਵੀਜ਼ਾ ਪੰਜਾਬੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲਾਕਡਾਊਨ ਇਟਲੀ ਦੇ ਵਿੱਚ ਉਹਦੀ ਕੀ ਸਿਚੁਏਸ਼ਨ ਨੇ ਕੀ ਅਪਡੇਟ ਵੀਡੀਓ ਨੂੰ ਐਂਡ ਤੱਕ ਰਜ਼ੂਰ ਤੱਕਿਓ ਨਵੇਂਓ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਤੈਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਬਣਨ ਲਈ 7 ਅਪ੍ਰੈਲ ਨੂੰ ਤੇ ਵੀਡੀਓ ਨੂੰ ਐਂਡ ਤੱਕ ਰੁਹਾ ਜ਼ਰੂਰ ਤੱਕਣਾ हां जी ਤੇ ਕਰੋਨਾ ਵਾਇਰਸ ਦੀ ਜਿਹੜੀ ਅਪਡੇਟ ਉਹ ਇੱਕ ਗ੍ਰਾਫਟ ਹੈ ਜਿਹਦੇ ਵਿੱਚ ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹਨਾ ਡੇਲੀ ਬੇਸਿਸ ਤੇ ਦਿੱਤੀ ਹੈ ਕਿ ਇਟਲੀ ਦੇ ਵਿੱਚ ਇਸ ਟਾਈਮ ਕੀ ਹਾਲਾਤ ਨੇ 아이 ਤੇ অল ਟਾਈਮ 아이 ਤੇ ਅਸੀਂ ਲਾਸਟ ਵੀਕ ਕਰਨੇ ਆ ਕਿ ਲਾਸਟ ਵੀਕ ਦੇ ਵਿੱਚ ਵਿੱਚ ਇਸ ਦੀ ਕੀ ਕੰਡੀਸ਼ਨ ਰਹੀ ਹੈ 31 ਮਾਰਚ ਨੂੰ ਇਟਲੀ ਦੇ ਵਿੱਚ ਜਿਹੜੇ ਕੇਸ ਆਏ ਹਨ ਉਹ ਆਏ ਹਨ 23837 ਜਿਹੜੇ 90 ਕੇਸ ਰਜਿਸਟਰ ਹੋਏ ਹਨ ਇਟਲੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਗੱਲ ਕਰਨੇ 1 April ਦੀ ਤੇ ਉਦੋਂ 22000 ਤੇ ਕੁਝ ਆਏ ਹਨ 90 ਕੇਸ ਫਿਰ ਅਸੀਂ 2 April ਦੀ ਗੱਲ ਕਰਨੇ ਤਾਂ 2 April ਨੂੰ 21000 ਤੋਂ तकरीबन ਆਲਮੋਸਟ 22000 ਕੇਸ ਆਇਆ ਸੀ ਆ 2 April ਨੂੰ 3 April ਨੂੰ ਗੱਲ ਕਰੀ ਤੇ 3 April ਨੂੰ 21247 ਜਿਹੜਾ ਨਾ ਉਹ ਨਵਾਂ ਕੇਸ ਆਇਆ ਸੀ ਫਿਰ ਉਸ ਤੋਂ ਬਾਅਦ 18000 ਕੇਸ ਆਇਆ ਸੀ 4 April ਨੂੰ ਉਸ ਤੋਂ ਬਾਅਦ ਫਿਰ ਜਿਹੜੇ ਜਦੋਂ ਲਾਕਡਾਊਨ ਲਾਇਆ ਹੈ ਨਾ ਲਾਕਡਾਊਨ ਦੇ ਜਿਹੜੇ ਅਸਰਾਂਤ ਨੇ ਉਹ ਨਜ਼ਰ ਆਉਨੇ ਸ਼ੁਰੂ ਹੋ ਹਨ 5 April ਨੂੰ 5 April ਨੂੰ ਸਿਰਫ 10000 ਜਿਹੜਾ ਨਾ ਉਹ ਨਵਾਂ ਕੇਸ ਆਇਆ ਸੀ ਫੇਰ ਅਸੀਂ ਗੱਲ ਕਰਨੀ ਆ 6 ਅਪ੍ਰੈਲ ਦੀ ਤੇ 6 ਅਪ੍ਰੈਲ ਨੂੰ 7000 ਤੇ ਤਕਰੀਬਨ 8000 ਕੇਸ ਆਇਆ ਸੀ ਤੇ ਤੁਸੀਂ ਵੇਖ ਸਕਦੇ ਹੋ ਕਿ ਲਾਕਡਾਊਨ ਜਿਹੜਾ ਉਹ ਕਰਨ ਦੇ ਨਾਲ ਇਟਲੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਇਹਨਾਂ ਉਹ ਅੱਛੀਆਂ ਖਬਰਾਂ ਆਉਣ ਡਈਆਂ ਨੇ ਬੜੇ ਕੇਸ ਨਵੇਂ ਆਉਣ ਡੇ ਨੇ ਬਹੁਤ ਹੀ ਜ਼ਿਆਦਾ ਘੱਟ ਨਵੇਂ ਕੇਸ ਆਉਣ ਡੇ ਨੇ ਮਰਨ ਵਾਲਿਆਂ ਦੀ ਤਦਾਦ ਵੀ ਜਿਹੜੀ ਉਹ ਕਾਫੀ ਜ਼ਿਆਦਾ ਘਟੀ ਏ ਉਸ ਤੋਂ ਬਾਅਦ ਅਸੀਂ ਗੱਲ ਕਰਨੇ ਆ ਡੈਥ ਦੀ ਮਰਨ ਵਾਲਿਆਂ ਦੀ ਆਖਰੀ ਵੀਕ ਦੇ ਵਿੱਚ ਜਿਹੜੇ ਬੰਦੇ ਮੜੇ ਨੇ ਉਹ 31 ਮਾਰਚ ਨੂੰ ਮਰੇ ਹਨ 400 ਤੇ 67 ਬੰਦਾ ਮਰਿਆ ਹੈ ਕਰੋਨਾ ਵਾਇਰਸ ਦੇ ਨਾਲ ਉਸ ਤੋਂ ਬਾਅਦ 1 April ਨੂੰ 500 ਬੰਦਾ ਮਰਿਆ ਹੀ 2 April ਨੂੰ 481 ਬੰਦੇ ਮਰੇ ਹਨ ਉਸ ਤੋਂ ਬਾਅਦ 3 April ਨੂੰ 376 ਬੰਦੇ ਮਰੇ ਹਨ ਤੇ 4 April ਨੂੰ ਮਰੇ ਹਨ 326 ਬੰਦੇ ਤੇ ਉਸ ਤੋਂ ਬਾਅਦ ਕੱਲ ਦੀ ਦੀ ਹੈ ਜਿਹੜੀ ਕੱਲ ਦੀ ਨੰਗ ਹੈ 6 ਅਪ੍ਰੈਲ ਨੂੰ ਉਦੋਂ ਮਰੇ ਹਨ 421 ਬੰਦਾ ਜਿਹੜਾ ਨਾ ਕਰੋਨਾ ਵਾਇਰਸ ਦੇ ਨਾਲ ਮੜਿਆ ਸੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮਰਨ ਵਾਲਿਆਂ ਦੀਦਾਦ ਵੀ ਘਟੀ ਹੈ ਅੱਜ ਤੇ 1 ਵੀ ਕੀ ਅੱਜ ਅਸੀਂ ਕਰਨੇ ਆ ਆਹਰੀ ਤਰੀਆਂ ਦਿਨਾਂ ਦਾ ਕਰਨੇ ਆ ਕਿ ਤਰੀਆਂ ਦਿਨਾਂ ਦੀ ਕੀ ਕੰਡੀਸ਼ਨ ਹੈ ਤੁਸੀਂ ਵੇਖ ਸਕਦੇ ਹੋ ਕਿ ਬੜੀ ਤੇਜ਼ੀ ਦੇ ਨਾਲ ਜਿਹੜਾ ਨਾ ਉਹ ਜਿਹੜਾ ਮਾਰਚ ਦਾ ਮਹੀਨਾ ਰਿਹਾ ਉੱਥੇ ਬੜਾ ਜਿਆਦਾ ਬੰਦਾ ਮਰਿਆ ਸੀ ਮਾਰਚ ਦੇ ਵਿੱਚ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ 23 ਮਾਰਚ ਨੂੰ 551 ਬੰਦਾ ਮਰਿਆ ਸੀ ਕੋਰੋਨਾ ਵਾਇਰਸ ਦੇ ਨਾਲ ਤੇ ਨਾਲ ਦੀ ਨਾਲ ਹੀ ਇੱਥੇ ਵੇਖ ਲਓ 550 ਬੰਦਾ 550 ਬੰਦਾ ਮਰਿਆ ਸੀ 3 ਮਾਰਚ ਨੂੰ 3 ਮਾਰਚ ਨੂੰ 550 ਬੰਦਾ ਮਰਿਆ ਸੀ ਤੁਸੀਂ ਵੇਖ ਸਕਦੇ ਹੋ ਬੜੀ ਤੇਜ਼ੀ ਦੇ ਨਾਲ ਜਿਹੜਾ ਨਾ ਹੁਣ ਘਟਣ ਢਈ ਹੈ ਤਦਾਦ ਮਰਨ ਵਾਲਿਆਂ ਦੀ ਵੀ ਤੇ ਨਵੇਂ ਕੇਸਸ ਆਉਣ ਦੀ ਤੇ ਸਿਰਫ ਔਰ ਸਿਰਫ ਇਹਦੇ ਵਿੱਚ ਜਿਹੜੀ ਵਜ੍ਹਾ ਹੋਏ ਵੇ ਕਿ ਲਾਕਡਾਊਨ ਇਟਲੀ ਨੇ ਕੀਤਾ ਕੁਝ ਐਸੇ ਇਲਾਕੇ ਆਏ ਨੇ ਜਿੱਥੇ ਲਾਕਡਾਊਨ ਓਪਨ ਹੋ ਗਿਆ ਆ ਬਹੁਤ ਹੀ ਸਮਾਰਟ ਲਾਕਡਾਊਨ ਜਿਹਨੂੰ ਕਹਿ ਸਕਦੇ ਹੋ ਉਹ ਵੇ ਬਟ ਕਾਫੀ ਜ਼ਿਆਦਾ ਐਸੀ ਸਿਟੀ ਆਏ ਨੇ ਮਲਾਨ ਹੋ ਗਿਆ ਮਲਾਨ ਦੇ ਕਾਫੀ ਜ਼ਿਆਦਾ ਸਿਟੀ ਦੇ ਵਿੱਚ ਆ ਸੋਰੀ ਮਲਾਨ ਦੇ ਵਿੱਚ ਕਾਫੀ ਜ਼ਿਆਦਾ ਇਲਾਕੇ ਐਸੇ ਨੇ ਜਿੱਥੇ ਇਹ ਵੀ ਸਖਤ ਲਾਕਡਾਊਨ ਨੇ ਪੋਲੀ ਦੇ ਕੋਸ਼ ਐਸੇ ਇਲਾਕੇ ਆ ਨੇ ਜਿੱਥੇ ਸਾਥ ਲਾਕਡਾਊਨ ਨੇ ਟੋਟਲੀ ਵੀਨਸ ਜਿਹੜਾ ਉਹ ਲਾਕਡਾਊਨ ਟੋਟਲੀ ਸਖਤ ਲਾਕਡਾਊਨ ਦੇ ਅੰਦਰ ਹੈ ਜਿਹੜਾ ਵੀਨਸ ਉਸ ਤੋਂ ਬਾਅਦ ਹੋਰ ਵੀ ਜਿੰਨੇ ਵੀ ਸਿਟੀ ਨੇ ਇਟਲੀ ਦੇ ਕੁਝ ਹਾਦਿਕਾ ਓਪਨ ਨੇ ਬਟ ਜ਼ਿਆਦਾਤਰ ਜਿਹੜੇ ਸਿਟੀ ਨੇ ਇਟਲੀ ਦੇ ਵੱਡੇ ਵੱਡੇ ਉਹ ਜਿਹੜੇ ਨੇ ਮੁਕੰਮਲ ਤੌਰ ਤੇ ਬੰਦ ਨੇ ਸਵਿਟਜ਼ਰਲੈਂਡ ਦਾ ਤੇ ਜਿਹੜਾ ਇਟਲੀ ਦਾ ਬਾਰਡਰ ਹੈ ਉਹ ਵੀ ਟੋਟਲੀ ਬੰਦ ਦੇ ਕੋਈ ਬੰਦਾ ਐਂਟਰੀ ਜਾਂ ਐਗਜ਼ੈਕਟ ਨਹੀਂ ਕਰ ਸਕਦਾ ਹਾਂਜੀ ਤੇ ਮਿੱਤਰੋ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੇ ਵੀਡੀਓ ਪਸੰਦ ਆਈ ਤੇ ਗਿਆ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਨਵੇਂ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਤੈਨੂੰ ਸਬਸਕ੍ਰਾਈਬ ਕਰੋ ਮਿਲਦਿਆਂ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ